ਘਰ ਦੇ ਵਿੱਚ ਮਜ਼ਦੂਰੀ ਕਰਦੇ ਤਿੰਨ ਮਜ਼ਦੂਰਾਂ ਦੇ ਵੱਲੋਂ ਹੀ ਘਰ ਦੇ ਮਾਲਕ ਦਾ ਕਤਲ ਕੀਤਾ ਗਿਆ। ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰਿਆ ਗਿਆ। ਬੀਤੇ ਕੱਲ ਹੁਸ਼ਿਆਰਪੁਰ ਦੇ ਥਾਣਾ ਮਹਿਲਪੁਰ ਅਧੀਨ ਆਉਂਦੇ ਪਿੰਡ ਖੈਰੜ ਰਾਵਲ ਵਸੀ ਦੇ ਵਿੱਚ ਬਜ਼ੁਰਗ ਦਾ ਕਤਲ ਹੋਇਆ ਸੀ ਤਾਂ ਪੁਲਿਸ ਦੇ ਵੱਲੋਂ 24 ਘੰਟਿਆਂ ਦੇ ਵਿੱਚ ਇਸ ਮਾਮਲੇ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਤਿੰਨ ਪਿੰਡ ਦੇ ਲੋਕਾਂ ਨੂੰ ਗ੍ਰਿਫਤਾਰ ਕੀਤਾ। ਇਹ ਉਹੀ ਨੇ ਜਿਹੜੇ ਇਸ ਬਜ਼ੁਰਗ ਦੇ ਘਰ ਦੇ ਵਿੱਚ ਮਜ਼ਦੂਰੀ ਕਰਦੇ ਸੀ। ਬਜ਼ੁਰਗ ਦਾ ਮਕਾਨ ਬਣ ਰਿਹਾ ਸੀ ਤਾਂ ਲੁੱਟ ਦੀ ਨੀਅਤ ਨਾਲ ਇਸ ਦਾ ਕਤਲ ਕੀਤਾ ਗਿਆ। ਘਰ ਦੇ ਵਿੱਚੋਂ 2500 ਲੈ ਕੇ ਫਰਾਰ ਹੋਏ ਨੇ ਤਾਂ ਘਰ ਦੇ ਵਿੱਚ ਕੰਮ ਕਰਦੇ ਦੋ ਮਜ਼ਦੂਰਾਂ ਨੂੰ ਇੰਜ ਲੱਗਿਆ ਕਿ ਘਰ ਦੇ ਵਿੱਚ ਪੈਸੇ ਪਏ ਨੇ, ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਆਪਣੇ ਤੀਜੇ ਸਾਥੀ ਦੇ ਨਾਲ ਮਿਲ ਕੇ ਹਰਮੇਸ਼ ਲਾਲ ਦਾ ਪਰਨੇ ਦੇ ਨਾਲ ਮੂੰਹ ਘੁੱਟ ਕੇ ਕਤਲ ਕੀਤਾ ਗਿਆ। ਪੁਲਿਸ ਦੇ ਵੱਲੋਂ ਕਾਬੂ ਕੀਤੇ ਗਏ ਇਹਨਾਂ ਦੋਸ਼ੀਆਂ ਦੀ ਪਛਾਣ ਅਮਰਜੀਤ ਸਿੰਘ, ਸੁਨੀਲ ਕੁਮਾਰ ਅਤੇ ਸੰਦੀਪ ਸਿੰਘ ਦੇ ਵਜੋਂ ਹੋਈ ਹੈ। ਤਿੰਨੋਂ ਕਾਤਲ ਪਿੰਡ ਖੈਰੜ ਰਾਵਲ ਵਸੀ ਦੇ ਰਹਿਣ ਵਾਲੇ ਨੇ। ਇਹ ਅੱਜ ਇਹਨਾਂ ਦੀ ਡੈਥ ਹੋਈ, ਕੀ ਲੱਗਦੇ ਤੁਹਾਡੇ? ਕਦੋਂ ਪਤਾ ਲੱਗਾ ਤੁਹਾਨੂੰ? 10 ਵਜੇ। ਇਹ ਕੀ ਮੰਨਦੇ ਹੋ ਕਿ ਇਹ ਕਤਲ ਹੋਇਆ ਜਾਂ ਕਿੱਦਾਂ? ਕਤਲ ਕੀਤਾ ਗਿਆ। ਇਹ ਘਰ ਦੇ ਵਿੱਚ ਇਕੱਲੇ ਰਹਿੰਦੇ ਸੀਗੇ। ਆ ਜਿਹੜੀ ਸਾਰੀ ਲੁੱਟ ਖੋ ਹੋਈ ਆ ਘਰ ਦੇ ਵਿੱਚ, ਪੈਸਾ ਧੇਲਾ ਗਹਿਣਾ ਗੱਟਾ ਜੋ ਵੀ ਆ। ਕਿੰਨਾ ਕੁ ਸੀਗਾ ਅੰਦਾਜ਼ੇ ਪੈਸੇ? ਪੈਸੇ ਹੋਣਗੇ ਉਹਦੇ ਕੋਲ, 1-2 ਲੱਖ ਮਕਾਨ ਪਾਉਂਦਾ ਪਿਆ ਸੀਗਾ। ਗਹਿਣਾ ਗੱਟਾ ਕੋਈ? ਗਹਿਣਾ ਗੱਟਾ 2 ਸੈੱਟ ਸੀਗੇ ਸੋਨੇ ਦੇ, ਬਾਕੀ ਹੋਰ ਸੀਗੀਆਂ ਟੁੰਬਾ ਮੰਗੀਆਂ ਸੀਗੀਆਂ, ਚੈਨੀ ਸੀਗੀ ਮੰਮਾ ਦੀ ਸਾਡੀ ਦੀ, ਹੋਰ ਬੈਂਕ ਦੀਆਂ ਕਾਪੀਆਂ ਕੁਪੀਆਂ ਕਾਗਜ਼ ਪੱਤਰ ਜੋ ਵੀ ਆ। ਕੀ ਸਰਕਾਰ ਤੋਂ ਕੀ ਮੰਗ ਕਰਦੇ ਹੋ? ਪ੍ਰਸ਼ਾਸਨ ਸਰਕਾਰ ਤੋਂ ਸਭ ਕੁਝ ਮੰਗ ਕਰਦੇ, ਸਾਡਾ ਜੋ ਵੀ ਗਿਆ ਉਹ ਵੀ ਮਿਲਣਾ ਚਾਹੀਦਾ। ਸਾਡੇ ਭਰਾ ਦੀ ਮੌਤ ਦੇ ਨਾਲ ਸਾਨੂੰ ਮੌਤ ਚਾਹੀਦੀ ਹੈ। ਕੀ ਮਾਮਲਾ ਸਰ ਅੱਜ ਇੱਥੇ ਆਏ ਹੋ? ਅੱਜ ਪਿੰਡ ਖੈੜ ਰਾਵਲ ਬੱਸੀ 'ਚ ਇਨਫੋਰਮੇਸ਼ਨ ਮਿਲੀ ਸੀਗੀ ਸੁਬਹਾ ਕਿ ਇੱਕ ਬਜ਼ੁਰਗ ਵਿਅਕਤੀ ਆ ਘਰ ਵਿੱਚ ਇਕੱਲਾ ਰਹਿੰਦਾ ਸੀ, ਉਹਦੀ ਕਿਸੇ ਨੇ ਕਤਲ ਕਰ ਦਿੱਤਾ। ਆ ਕੇ ਮੌਕਾ ਵੇਖਿਆ ਗਿਆ ਸਾਡੇ ਵੱਲੋਂ, ਬੋਡੀ ਨੂੰ ਜਿਹੜਾ ਬਾਹਰੀ ਤੌਰ 'ਤੇ ਬਰੀਕੀ ਨਾਲ ਚੈੱਕ ਕੀਤਾ ਗਿਆ, ਬਟ ਉਹਦੇ ਸਰੀਰ ਦੇ ਉੱਪਰ ਕੋਈ ਜਿਹੜਾ ਸੱਟ ਦਾ ਨਿਸ਼ਾਨ ਆ ਉਹ ਨਜ਼ਰ ਨਹੀਂ ਆਇਆ। ਮੁੱਢਲੇ ਤੌਰ 'ਤੇ ਇਹ ਨਹੀਂ ਕਿਹਾ ਜਾ ਸਕਦਾ ਵੀ ਇਹਦਾ ਕਤਲ ਕੀਤਾ ਗਿਆ ਵਾ, ਬਾਕੀ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਜਿਹੜਾ ਵਾ ਫਾਈਨਲ ਡਿਸੀਜਨ ਆਵੇਗਾ। ਅਤੇ ਫਰੋੜਾ ਫਰਾੜੀ ਜਿਹੜੀ ਆ ਮੌਕੇ 'ਤੇ ਜ਼ਰੂਰ ਥੋੜ੍ਹੀ ਹੋਈ ਹੈ, ਜਿਹੜੇ ਹੁਣ ਘਰਦਿਆਂ ਦੇ ਬਿਆਨ ਜੋ ਦੇਣਗੇ ਉਹਦੇ ਮੁਤਾਬਕ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਉਹਨਾਂ ਦੀ ਭੈਣ ਨੇ ਕਿਹਾ ਕਿ ਇਹ ਕਤਲ ਵਾ, ਆ ਕੇ ਦੇਖ ਕੇ ਗਏ, ਪਹਿਲਾਂ ਦੱਸ ਦਿੱਤਾ ਵਾ ਬਾਹਰੀ ਤੌਰ 'ਤੇ ਜਿਹੜਾ ਵਾ ਬੋਡੀ ਨੂੰ ਦੇਖਣ ਤੋਂ ਕੋਈ ਸਰੀਰ 'ਤੇ ਉਹਦੇ ਸੱਟ ਦਾ ਨਿਸ਼ਾਨ ਹੈ ਨਹੀਂਗਾ, ਗਲ ਨਹੀਂ ਕੁੱਟਿਆ ਗਿਆ, ਸਾਰਾ ਚੈੱਕ ਕੀਤਾ ਗਿਆ ਵਾ। ਕੋਈ ਸਮਾਨ ਚੋਰੀ ਹੋਇਆ ਉਹਦੇ ਪੈਸੇ ਸਰ? ਨਹੀਂ, ਸਮਾਨ ਦਾ ਪਰਿਵਾਰ ਨੂੰ ਤਾਂ ਪਤਾ ਨਹੀਂ ਹੈਗਾ, ਸਮਾਨ ਵੈਸੇ ਪਹਿਲਾਂ ਵੀ ਇਹਦਾ ਇੱਦਾਂ ਕਾਫੀ ਖਿਲ ਰਿਹਾ ਰਹਿੰਦਾ ਸੀ, ਉਰਲੇ ਬੰਨੇ ਜਿਹੜਾ ਕਹਿੰਦੇ ਪਹਿਲਾਂ ਨਾਲੋਂ ਥੋੜ੍ਹਾ ਜ਼ਿਆਦਾ ਖਿਲ ਰਿਹਾ ਹੈਗਾ। ਇਹ ਸਭ ਵੈਰੀਫਾਈ ਕਰ ਰਹੇ ਹਾਂ, ਸਮਾਨ ਦਾ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਕਿਹੜਾ ਸਮਾਨ ਚੋਰੀ ਕੀਤਾ। LCD ਵਗੈਰਾ ਵੀ ਘਰ ਲੱਗੀ ਆ, ਇਨਵਰਟਰ ਜਿਹੜਾ ਉਹ ਐਜ਼ ਇਟ ਇਜ਼ ਉਹਦੇ ਲੱਗਾ ਹੋਇਆ। ਪੈਸਿਆਂ ਦਾ ਕਹਿੰਦੇ ਸੀ, ਕੋਈ ਅਜੇ ਗੱਲ ਉਹ ਸਾਹਮਣੇ ਨਹੀਂ ਆਈ। ਠੀਕ ਹੈ ਜੀ। ਹਾਂਜੀ, ਇੱਕ ਬੜਾ ਅਨਫੋਰਚੁਨੇਟ ਸੈਂਸੇਸ਼ਨਲ ਇਸ਼ੂ ਰਿਪੋਰਟ ਹੋਇਆ ਸੀਗਾ ਕੱਲ੍ਹ ਮਾਲਪੁਰ ਪੁਲਿਸ ਸਟੇਸ਼ਨ ਦੇ ਖਰੇੜ ਪਿੰਡ ਤੋਂ, ਜਿੱਥੇ ਇੱਕ ਬਜ਼ੁਰਗ ਲਗਭਗ 53 ਸਾਲ ਦੇ ਹਰਮੇਸ਼ ਲਾਲ ਜੀ ਦਾ ਕਤਲ ਰਿਪੋਰਟ ਹੋਇਆ ਸੀਗਾ, ਜਿਹਦੇ ਵਿੱਚ ਇਮੀਡੀਏਟਲੀ ਸਾਡੀ ਟੀਮ ਨੇ DSP ਗੜਸ਼ੰਕਰ, SHO ਮਾਲਪੁਰ ਨੇ ਪਹੁੰਚ ਕੇ ਨਾਲ ਜਿਹੜੀ ਫੋਰੈਂਸਿਕ ਦੀ ਸਾਡੀ ਟੀਮ ਹੈਗੀ ਉਹਨਾਂ ਨੇ ਇਨਵੈਸਟੀਗੇਸ਼ਨ ਟੇਕਅਪ ਕੀਤੀ। ਲੇਟਰ ਔਨ ਸਾਡੀ CIA ਦੀ ਟੀਮ SPD ਦੀ ਨਿਗਰਾਨੀ ਹੇਠ ਅਸੀਂ ਇਹਨੂੰ ਸੁਪਰਵਾਈਜ਼ ਕੀਤਾ। ਅਤੇ ਸ਼ੁਰੂ 'ਚ ਜਿਹੜਾ ਹੈਗਾ ਇੱਕ ਬਲਾਇੰਡ ਕੇਸ ਸੀਗਾ, ਜਿਹਦੇ ਵਿੱਚ ਮੌਕੇ ਤੋਂ ਜਿਹੜਾ ਹੈਗਾ ਉਹ ਕੁਛ ਪਤਾ ਨਹੀਂ ਲੱਗ ਰਿਹਾ ਸੀਗਾ ਕਿ ਕਿਸ ਤਰੀਕੇ ਨਾਲ ਕਤਲ ਕੀਤਾ ਗਿਆ ਹੈਗਾ। ਅਤੇ ਇੱਕ ਘਰ 'ਚ ਖਿੜਕੀ ਜਿਹੜੀ ਸੀਗੀ ਉਹ ਟੁੱਟੀ ਵੀ ਸੀਗੀ ਅਤੇ ਨਾਲ ਸਮਾਨ ਖਿਲ ਰਿਹਾ ਹੋਇਆ ਪਿਆ ਸੀਗਾ। ਇਹਨੂੰ ਫਰਦਰ ਇਨਵੈਸਟੀਗੇਟ ਕਰਦੇ ਹੋਏ ਜਿਹੜਾ ਹੈਗਾ ਸਾਡੀ ਟੀਮ ਨੇ ਬੜੀ ਮਿਹਨਤ ਅਤੇ ਬੜਾ
ਇੱਕ ਟੈਕਨੀਕਲ ਢੰਗ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਜਿਹੜਾ ਹੈਗਾ 24 ਘੰਟਿਆਂ ਦੇ ਅੰਦਰ ਅੰਦਰ ਇਸ ਨੂੰ ਬਲਾਇੰਡ ਕੇਸ ਨੂੰ ਜਿਹੜਾ ਮਰਡਰ ਕੇਸ ਸੀਗਾ ਉਹਨੂੰ ਟਰੇਸ ਕਰਦੇ ਹੋਏ ਜਿਹੜੇ 3 ਦੋਸ਼ੀ ਸੀਗੇ ਉਹ 3 ਦੋਸ਼ੀ ਫੜ ਲਏ। ਜਿਹੜਾ ਦੋਸ਼ੀ ਫੜਨ ਤੋਂ ਬਾਅਦ ਜਿਹੜੀ ਗੱਲ ਸਾਹਮਣੇ ਆਈ ਉਹਨਾਂ ਵਿੱਚੋਂ 2 ਦੋਸ਼ੀ ਜਿਹੜੇ ਹੈਗੇ ਉਹ ਡਿਸੀਜ਼ਡ ਜਿਹੜੇ ਹਰਮੇਸ਼ ਲਾਲ ਜੀ ਸੀਗੇ ਉਹਨਾਂ ਦੇ ਘਰ 'ਚ ਹੀ ਕੰਮ ਕੰਸਟਰਕਸ਼ਨ ਦਾ ਲੇਬਰ ਵਜੋਂ ਕੰਮ ਕਰ ਰਹੇ ਸੀਗੇ ਅਤੇ ਇਹਨਾਂ ਨੇ ਲਾਲਚ ਵਿਛਾ ਕੇ ਜਿਹੜਾ ਹੈਗਾ ਇਹਨਾਂ ਨੂੰ ਸੋਚਿਆ ਕਿ ਉੱਥੇ ਪਿੰਡ 'ਚ ਜਗਰਾਤਾ ਸੀਗਾ ਉਸ ਦਿਨ ਅਤੇ ਉਸ ਰਾਤ ਨੂੰ ਪਿਛਲੀ ਰਾਤ ਨੂੰ ਅਤੇ ਉਹਨਾਂ ਨੇ ਲਾਲਚ ਵਿਛਾ ਕੇ ਕਿ ਇੱਥੋਂ ਕੁਛ ਪੈਸੇ ਮਿਲ ਸਕਦੇ ਹੈਗੇ ਉਹ ਇੱਕ ਫੋਰਸਡ ਐਂਟਰੀ ਕੀਤੀ ਗੇਟ ਜਿਹੜਾ ਹੈਗਾ ਉੱਥੇ ਪਹਿਲਾਂ ਗੇਟ ਖੜਕਾਇਆ ਅਤੇ ਫਿਰ ਉਹਨੇ ਗੇਟ ਖੋਲ੍ਹਿਆ ਅਤੇ ਜਦੋਂ ਉਹ ਐਂਟਰੀ ਕੀਤੀ ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹਦਾ ਗਲਾ ਦਬਾ ਕੇ ਕਤਲ ਕੀਤਾ ਅਤੇ ਫਿਰ ਘਰ 'ਚੋਂ ਫਰੋਲਾ ਫੋਲੀ ਕਰਕੇ ਇੱਕ ਮੋਬਾਈਲ ਫੋਨ ਅਤੇ ਨਾਲ ਜਿਹੜਾ ਹੈਗਾ ਕੁਛ ਪੈਸਾ ਜਿਹੜਾ ਲਗਭਗ 2,500 ਦੀ ਅਮਾਊਂਟ ਹੈਗੀ ਉਹ ਉੱਥੋਂ ਉਹ ਲੈ ਕੇ ਚਲੇ ਗਏ। ਸਾਡੀ ਟੀਮ ਨੇ 3 ਦੋਸ਼ੀ ਜਿਹੜੇ ਹੈਗੇ ਅਮਰਜੀਤ ਸਿੰਘ, ਸੁਨੀਲ ਕੁਮਾਰ ਅਤੇ ਸੰਦੀਪ ਕੁਮਾਰ, 3 ਹੀ ਖਾਸ ਗੱਲ ਹੈਗੀ ਕਿ ਉਸੀ ਪਿੰਡ ਦੇ ਰਹਿਣ ਵਾਲੇ ਹੈਗੇ ਅਤੇ ਇਹਨਾਂ ਨੇ ਪਹਿਲਾਂ ਸੋਚੀ ਸਮਝੀ ਸਾਜਿਸ਼ ਦੇ ਤਹਿਤ ਜਿਹੜਾ ਹੈਗਾ ਲਾਲਚ ਵਿਛਾ ਕੇ ਪੈਸਾ ਲੁੱਟਣ ਦੀ ਨੀਅਤ ਨਾਲ ਕਤਲ ਕੀਤਾ ਜਿਹਨੂੰ ਸਾਡੀ ਟੀਮ ਨੇ 24 ਘੰਟਿਆਂ ਦੇ ਅੰਦਰ ਅੰਦਰ ਜਿਹੜਾ ਹੈਗਾ ਟਰੇਸ ਕੀਤਾ ਹੈਗਾ। ਦੂਸਰਾ ਵੀ ਦੱਸਦੇ ਗੋਲਡ ਦੀ ਚੀਜ਼ ਜਿਹੜੀ ਹੈਗੀ ਹਾਲੇ ਸਸਪੀਸ਼ੀਅਸ ਹੈਗੀ, ਅਸੀਂ ਦੋਸ਼ੀ ਫੜ ਲਿੱਤੇ ਹੈਗੇ, ਇਨਵੈਸਟੀਗੇਟ ਕਰਾਂਗੇ। ਜਿਹੜੀ ਫੈਮਿਲੀ ਵੀ ਹੈਗੀ ਉਹ ਵੀ ਡਾਊਟਫੁੱਲ ਹੈਗੀ ਕਿ ਗੋਲਡ ਉੱਥੇ ਸੀਗਾ ਕਿ ਨਹੀਂ ਸੀਗਾ, ਕਿਉਂਕਿ ਜਿਹੜਾ ਡਿਸੀਜ਼ਡ ਹੈਗਾ ਅਤੇ ਡਿਸੀਜ਼ ਦੇ ਫੈਮਿਲੀ ਤੋਂ ਦੂਰ ਅਲੱਗ, ਕਿਉਂਕਿ ਉਹਨਾਂ ਦਾ ਆਪਸ 'ਚ ਵੀ ਡਿਸਪਿਊਟ ਸੀਗਾ, ਫੈਮਿਲੀ ਤੋਂ ਅਲੱਗ ਦੂਰ ਰਹਿ ਰਿਹਾ ਸੀਗਾ, ਇਸ ਕਰਕੇ ਫੈਮਿਲੀ ਆਹ ਗੱਲ ਕਹਿੰਦੀ ਹੈਗੀ ਕਿ ਉਹਦੇ ਕੋਲ ਗੋਲਡ ਸੀਗਾ ਇੱਕ ਟਾਈਮ 'ਤੇ, ਬਟ ਉਹ ਗੋਲਡ ਉਹਨੇ ਵੇਚਤਾ ਜਾਂ ਜਿਹੜੇ ਬੰਦਿਆਂ ਨੇ ਐਂਟਰੀ ਕੀਤੀ ਉਹਨਾਂ ਨੇ ਚੁਰਾਇਆ ਹੈਗਾ ਜਾਂ ਉਹ ਕੀ ਕੀਤਾ ਹੈਗਾ ਉਹ ਦੈਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ। ਤੀਸਰਾ ਦਾ ਸਾਥੀ ਹੈਗਾ, ਹਾਂਜੀ ਪਿੰਡ ਦਾ ਹੈਗਾ ਸੰਦੀਪ, ਇਹਨਾਂ 'ਚ ਇੱਕ ਬੰਦੇ ਦਾ ਜਿਹੜਾ ਹੈਗਾ ਲੜਾਈ ਝਗੜੇ ਦਾ ਪਰਚਾ ਦਰਜ ਹੈਗਾ ਅਮਰਜੀਤ ਸਿੰਘ, ਅਤੇ ਅਦਰਵਾਈਜ਼ ਕੋਈ ਡਰੱਗ ਐਡਿਕਟ ਵਾਲੀ ਗੱਲ ਹਾਲੇ ਸਾਹਮਣੇ ਨਹੀਂ ਆਈ ਕਿ ਅਸੀਂ ਇਹਨਾਂ ਨੂੰ ਡੋਪ ਟੈਸਟ ਕਰਵਾਉਂਗੇ। ਚੋਰੀ ਦੇ ਮਨਸੂਬੇ ਨਾਲ ਬੜੇ ਸੀਗੇ, ਜਦੋਂ ਬੰਦਾ ਸਾਹਮਣੇ ਵਾਲਾ ਉੱਠ ਗਿਆ ਉਹਦੀ ਨੀਂਦ ਖੁੱਲ੍ਹ ਗਈ ਅਤੇ ਉਹਨੇ ਇਹਨਾਂ ਨੂੰ ਮਤਲਬ ਆਈਡੈਂਟੀਫਾਈ ਕਰ ਲਿਆ ਅਤੇ ਫਿਰ ਇਹਨਾਂ ਨੇ ਜਿਹੜਾ ਹੈ ਉਹਦਾ ਕਤਲ ਕੀਤਾ।